ਆਕਾਸ਼ਵਾਣੀ ਜੰਮੂ ਐ ਹੁਣ ਤੁਸ ਅੰਜੂ ਵਾਲਾ ਕੋਲਾਂ ਖਬਰਾਂ ਸੁਣੋ। ਜੰਮੂ ਕਸ਼ਮੀਰ ਸਰਕਾਰ ਨੇ ਕੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਚਾਲੂ ਮਾਲੀ ਬਰੇ ਦੌਰਾਨ ਰਾਜਕੋਸ਼ੀ ਵਿਵੇਕ ਆਸਤੇ ਮਿਤਵਈਤਾ ਦੇ ਕਈ ਉਪਾਅ ਦਾ ਅਨਾਵਰਣ ਕੀਤਾ ਐ। ਮਾਲੀ ਮਹਿਕਮੇ ਨੇ ਮਹਿਕਮੇ ਗੀ ਨਿਰਦੇਸ਼ ਦਿੱਤਾ ਐ ਜੇ ਜਾਰੀ ਮਾਲੀ ਬਰੇ ਦੇ ਪਿਛਲੇ ਮਾਲੀ ਬਰੇ ਦੌਰਾਨ ਰਾਜਸਵ ਖਰਚ ਗੀ ਸੰਸ਼ੋਧਨ ਬਜਟ ਆਵੰਟਨ ਦੇ 3% ਤੱਕ ਸੀਮਿਤ ਰੱਖਿਆ ਜਾ। ਸਰਕਾਰ ਨੇ ਅੱਗੇ ਨਿਰਦੇਸ਼ ਦਿੱਤਾ ਜੇ ਸੰਮੇਲਨੇ ਦੇ ਸੈਮੀਨਾਰ ਵਰਕਸ਼ਾਪਾਂ ਦੇ ਆਯੋਜਨ ਚ ਬਿਹਤਰੀਨ ਅਰਥ ਵਿਵਸਥਾ ਦਾ ਪਾਲਣ ਕੀਤਾ ਜਾ। ਇਸ ਆਰਡਰ ਜੰਮੂ ਕਸ਼ਮੀਰ ਦੇ ਬਾਹਰ ਪ੍ਰਦਰਸ਼ਨੀਆਂ ਸੰਮੇਲਨ ਆਯੋਜਿਤ ਕਰਨ ਦੀ ਸਖ਼ਤੀ ਕਰਨੇ ਹਤੋਤਸਾਹਿਤ ਕੀਤਾ ਗਿਆ ਹੈ। ਸਰਕਾਰ ਨੇ ਨਿੱਜੀ ਹੋਟਲਾਂ ਚ ਬੈਠਕਾਂ ਤੇ ਸੰਮੇਲਨੇ ਦੇ ਆਯੋਜਨ ਉਪਰ ਵੀ ਪੂਰੀ ਚਾਲੀ ਰੋਕ ਲਾਉਂਦੇ ਹੋਏ ਆਖਿਆ ਕਿ ਜੇ ਇਸ ਦੇ ਬਜਾਏ ਬੈਠਕਾਂ ਤੇ ਸੰਮੇਲਨੇ ਦੇ ਆਯੋਜਨ ਲਈ ਸਰਕਾਰੀ ਇਮਾਰਤਾਂ ਜਾਂ ਹਾਲਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ। ਨਵੀਂ ਗੱਡੀਆਂ ਦੀ ਖਰੀਦ ਦੀ ਸਖ਼ਤੀ ਕਰਨੇ ਹਤੋਤਸਾਹਿਤ ਕੀਤਾ ਗਿਆ ਹੈ। ਆਰਡਰ ਚ ਹੋਰ ਆਖਿਆ ਗਿਆ ਹੈ ਜੇ ਕੋਈ ਵੀ ਨਵਾਂ ਪਦ ਨਹੀਂ ਬਣਾਇਆ ਜਾਗ ਤੇ ਨਿਯਮਿਤ ਪਦੇ ਗੀ ਭਰਨੇ ਦਾ ਕੰਮ ਸਿਰਫ JKSSB, JKPSC, ਰਸਤੇ ਰਾਹੀਂ ਤੇ ਮਾਲੀ ਮਹਿਕਮੇ ਦੀ ਸਹਿਮਤੀ ਕਰਨੇ ਗੇ ਕੀਤਾ ਜਾ ਸਕਦਾ ਹੈ। ਇਹਦੇ ਇਲਾਵਾ 2 ਵਰ੍ਹੇ ਸ਼ਾਮ ਮਤੇ ਸਮੇਂ ਥਮਾਂ ਖਾਲੀ ਰੋਣੇ ਵਾਲੇ ਪਦੇ ਦੀ ਪਛਾਣ ਆਤਮ ਸਮਰਪਣ ਲਈ ਕੀਤੀ ਜਾਣੀ ਚਾਹੀਦੀ। ਨੀਤੀ ਆਯੋਗ ਹੋਰੇਂ ਗਲਾਇਆ ਜੇ ਪਿਛਲੇ 9 ਵਰ੍ਹੇ ਚ ਭਾਰਤ ਚ ਤਕਰੀਬਨ 25 ਕਰੋੜ ਲੋਕ ਗਰੀਬੀ ਥਮਾਂ ਬਚੀ ਗਏ ਨੇ। ਯੋਜਨਾ ਏਜੰਸੀ ਦੇ ਮੁਤਾਬਕ ਪਿਛਲੇ 9 ਵਰ੍ਹੇ ਚ ਗਰੀਬੀ 29% ਸ਼ਾਮ ਮਤੀ ਥਮਾਂ ਘੱਟ ਹੋਈ ਏ, ਤਕਰੀਬਨ 11% ਹੋਈ ਗਈ ਏ। ਉਨੇ ਗਲਾਇਆ ਜੇ ਉੱਤਰ ਪ੍ਰਦੇਸ਼ ਚ ਗਰੀਬੀ ਚ ਸਾਰੇ ਸ਼ਾਮ ਮਤੀ ਗਿਰਾਵਟ ਦਰਜ ਕੀਤੀ ਗਈ ਏ। ਇਸ ਦੇ ਬਾਅਦ ਬਿਹਾਰ, ਮੱਧ ਪ੍ਰਦੇਸ਼ ਤੇ ਰਾਜਸਥਾਨ ਨੇ। ਨੀਤੀ ਆਯੋਗ CEO BR ਸੁਬਰਮਨਿਅਮ ਹੋਰੇ ਆਖਿਆ ਜੇ ਗਰੀਬੀ ਘੱਟ ਕਰਨਾ ਇਕ ਉਲੇਖਨੀਏ ਉਪਲਬਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਇਸ ਰਿਪੋਰਟ ਦੀ ਸਰਾਹਨਾ ਕੀਤੀ ਤੇ ਇਕ ਸੋਸ਼ਲ ਪੋਸਟ ਚ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਗਰੀਬੀ ਚ ਗਿਰਾਵਟ ਦਾ ਪ੍ਰਦਰਸ਼ਨ ਕਰਨੇ ਵਾਲੀ ਰਿਪੋਰਟ ਬੜੀ ਉਤਸ਼ਾਹਜਨਕ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਚਿਵ ਉਪੂਰਵ ਚੰਦਰ ਹੋਰੇ ਆਖਿਆ ਜੇ ਸਰਕਾਰ 22 ਜਨਵਰੀ ਗੀ ਅਯੋਧਿਆ ਦੇ ਰਾਮ ਮੰਦਰ ਦੀ ਪ੍ਰਤਾਨ ਪ੍ਰਤਿਸ਼ਠਾ ਦੀ ਕਵਰੇਜ ਲਈ ਪ੍ਰੈਸ ਗੀ ਸਹੂਲੀਅਤ ਦੇਣੇ ਲਈ ਇਕ ਆਧੁਨਿਕ ਮੀਡੀਆ ਸੈਂਟਰ ਤਿਆਰ ਕਰਾ ਕਰਦੀ ਏ। ਤਿਆਰੀਆਂ ਬਾਰੇ ਨਵੀਂ ਦਿੱਲੀ ਚ ਇਕ ਪ੍ਰੈਸ ਬਰੀਫਿੰਗ ਗੀ ਸੰਬੋਧਨ ਕਰਦੇ ਹੋਏ ਉਨੇ ਆਖਿਆ ਜੇ ਮੀਡੀਆ ਸੈਂਟਰ ਦਾ 21 ਜਨਵਰੀ ਥਮਾਂ ਕੰਮ ਸ਼ੁਰੂ ਹੋਈ ਜਾਗ ਤੇ ਇਹ 7 ਦਿਨੇ ਤੱਕ ਕੰਮ ਕਰਗ। ਉਨੇ ਦਸਿਆ ਜੇ ਇਸ ਕਾਰਜਕ੍ਰਮ ਦੇ ਮਗਰਾਂ ਮੰਤਰਾਲੇ ਅਗਲੇ 3 ਮਹੀਨੇ ਤੱਕ ਮੀਡੀਆ ਗੀ ਲਗਾਤਾਰ ਸੁਵਿਧਾ ਦੇਣੇ ਲਈ ਇਕ ਸੁਵਿਧਾ ਡੈਕਸ ਰੱਖਗ। ਉਨੇ ਆਖਿਆ ਜੇ ਸਰਕਾਰ ਲਖਨਾਊ ਥਮਾਂ ਮੀਡੀਆ ਲਈ ਬੱਸਾਂ ਦੀ ਸੁਵਿਧਾ ਉਪਲਬਧ ਕਰਵਾਗ ਤੇ ਮੁੱਖ ਆਯੋਜਨ ਖਤਮ ਹੋਣੇ ਪਰ ਮੀਡੀਆ ਕਰਮੀਆਂ ਲਈ ਮੰਦਰ ਚ ਖਾਸ ਤੌਰਾਂ ਉਪਰ ਵੀ ਇੰਤਜ਼ਾਮ ਕਰਗ। ਉਨੇ ਆਖਿਆ ਜੇ ਮੀਡੀਆ ਦੇ ਲੋਕ ਕੈਮਰੇ ਕੰਨੇ ਮੰਦਰ ਚ ਜਾ ਸਕਦੇ ਨੇ ਤੇ ਮੰਦਰਾਂ ਦੇ ਅੰਦਰ ਵੀ ਕਵਰ ਕਰ ਸਕਦੇ ਨੇ। ਕੇਂਦਰੀ ਵਿਗਿਆਨ ਤੇ ਪ੍ਰੌਦਯੋਗਿਕੀ ਰਾਜ ਮੰਤਰੀ ਡਾ ਜਿੰਦਰ ਸਿੰਘ ਹੋਰੇ ਆਖਿਆ ਜੇ ਲਦਾਖ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਸ਼ਾਸਨ ਕਾਲ ਚ ਤੇਜ਼ੀ ਕੰਨੇ ਵਿਕਾਸ ਦਿਖਿਆ ਗਿਆ ਹੈ ਤੇ ਕੇਂਦਰ ਸਰਕਾਰ ਨੇ ਲਦਾਖ ਦੇ ਵਿਕਾਸ ਤੇ ਬੋਧ ਆਦਿਵਾਸੀ ਸਮੇਤ ਮਕਾਮੀ ਆਬਾਦੀ ਦੀ ਭਲਾਈ ਗੀ ਮਤੀ ਉੱਚੀ ਪ੍ਰਾਥਮਿਕਤਾ ਦਿੱਤੀ ਹੈ। ਇਹ ਗੱਲ ਕੇਂਦਰੀ ਮੰਤਰੀ ਹੋਰੇ ਉਸਲੇ ਆਖੀ ਜਿਸਲੇ ਲਦਾਖ ਸਵਾਇਤਾ ਪਹਾੜੀ ਵਿਕਾਸ ਪਰਿਸ਼ਦ ਦੀ ਕਾਰਗਿਲ ਪਾਰਸ਼ਦ ਸ੍ਰੀ ਸਟੈਨਜ਼ਿਨ ਲਕਵਾ ਉਨਦੀ ਅਗਵਾਈ ਚ ਇਕ ਪ੍ਰਤੀਨਿਧੀ ਬੈਠਕ ਨਵੀਂ ਦਿੱਲੀ ਚ ਆਖੀ ਹੀ। ਪ੍ਰਤੀਨਿਧੀ ਮੰਡਲ ਨੇ ਅਕਤੂਬਰ 2019 ਚ UT ਦਾ ਦਰਜਾ ਦੇਣੇ ਦੇ ਬਾਅਦ ਥਮਾਂ ਗਏ ਇਸ ਪਹਾੜੀ ਇਲਾਕੇ ਦੇ ਤੇਜ਼ੀ ਕੰਨੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਦਿਲੇ ਥਮਾਂ ਆਭਾਰ ਵਿਅਕਤ ਕੀਤਾ ਹੈ। ਵਾਪਸ 1949 ਚ ਦੂਰ ਦਰਾਜ ਦੇ ਇਲਾਕੇ ਲਈ ਵੱਖਰਾ UT ਦਾ ਦਰਜਾ ਮੰਗਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਪਦਭਾਰ ਸੰਭਾਲਣੇ ਦੇ ਬਾਅਦ ਗਏ ਇਹ ਸਪਨਾ ਫਲਦਾਈ ਹੋਈ ਗਿਆ।
ਨਾਗਰਿਕ ਉਡਾਨ ਮਹਾਨਿਰਦੇਸ਼ਾਲੇ ਨੇ ਏਅਰਲਾਈਨਸ ਗੀ ਨਿਰਦੇਸ਼ ਦਿੱਤਾ ਹੈ ਜੇ ਪ੍ਰਭਾਵਿਤ ਯਾਤਰੀਆਂ ਗੀ ਆਪਣੀ ਉਡਾਨੇ ਚ ਦੇਰੀ ਦੇ ਬਾਰੇ ਚ ਸਹੀ ਸਮੇਂ ਦੀ ਜਾਣਕਾਰੀ ਪ੍ਰਕਾਸ਼ਿਤ ਕਰਨ। DGCA ਨੇ ਆਖਿਆ ਵੱਖ ਵੱਖ ਹਵਾਈ ਅੱਡੇ ਪਰ ਕੋਹਰੇ ਤੇ ਪ੍ਰਤੀਕੂਲ ਮੌਸਮ ਦੀ ਸਥਿਤੀ ਥਵਾਂ ਹਾਲ ਚ ਗਏ ਉਡਾਨੇ ਚ ਰੁਕਾਵਟ ਗੀ ਦਿਖਦੇ ਹੋਈ ਏਅਰਲਾਈਨਸ ਗੀ ਅਨਿਵਾਰਿਆ ਮਾਨਕ ਸੰਚਾਲਨ ਪ੍ਰਕਿਰਿਆ ਜਾਰੀ ਕਰਨੀ ਹੋਗ। SOP ਮੁਤਾਬਕ ਏਅਰਲਾਈਨਸ ਗੀ ਵੈਬਸਾਈਟ ਡਾਇਰੈਕਟਰੇਟ ਮੈਸੇਜਿੰਗ ਤੇ ਹਵਾਈ ਅੱਡੇ ਦੇ ਬੁਲੇਟਿਨ ਰਾਹੀਂ ਯਾਤਰੀਆਂ ਗੀ ਸੂਚਿਤ ਕਰਨਾ ਹੋਗ। ਇਹਦੇ ਇਲਾਵਾ ਏਅਰਲਾਈਨਸ ਗੀ ਆਖਿਆ ਗਿਆ ਹੈ ਜੇ ਉਹ ਆਪਣੇ ਸਟਾਫ ਗੀ ਸੰਵੇਦਨਸ਼ੀਲ ਬਣਾਉਣ ਤਾਂ ਜੇ ਉਹ ਯਾਤਰੀਆਂ ਗੀ ਉਨ੍ਹਾਂ ਦੀ ਉਡਾਨ ਦੇ ਦੇਰੀ ਬਾਰੇ ਉਚਿਤ ਤਰੀਕੇ ਕੰਨੇ ਸੰਵਾਦ ਮਾਰਗਦਰਸ਼ਨ ਤੇ ਜਾਣਕਾਰੀ ਦੇਣ। DGC ਹੋਰੇ ਹੋਰ ਵੀ ਏਅਰਲਾਈਨਸ ਗੀ ਸੰਭਾਵਿਤ ਤੌਰਾਂ ਉਪਰ 3 ਘੰਟੇ ਦੀ ਅਵਧੀ ਥਵਾਂ ਮਤੀ ਦੇਰੀ ਵਾਲੀ ਉਡਾਨੇ ਗੀ ਰੱਦ ਕਰਨ ਦੀ ਇਜਾਜ਼ਤ ਦਿੱਤੀ ਹੈ ਤਾਂ ਜੇ ਭੀੜ ਭਾੜ ਗੀ ਰੋਕਣੇ ਤੇ ਯਾਤਰੀਆਂ ਦੀ ਅਸੁਵਿਧਾ ਗੀ ਘੱਟ ਕੀਤਾ ਜਾ ਸਕੇ। ਪੁਲਿਸ ਦੇ ਅਤਿਰਿਕਤ ਮਹਾਨਿਰਦੇਸ਼ਕ ਆਨੰਦ ਜੈਨ ਹੋਰੇ ਸਭਨੇ ਖੁਫੀਆ ਏਜੰਸੀਆਂ ਗੀ ਆਉਣੇ ਵਾਲੇ ਗਣਤੰਤਰ ਦਿਵਸ ਸਮਾਰੋਹ ਗੀ ਦਿਖਦੇ ਹੋਏ ਇਸ ਤਰ੍ਹਾਂ ਕਰਾਉਣੇ ਦਾ ਨਿਰਦੇਸ਼ ਦਿੱਤਾ ਹੈ ਤਾਂ ਜੇ ਰਾਸ਼ਟਰ ਵਿਰੋਧੀ ਤੱਤ ਆਪਣੇ ਇਰਾਦੇ ਚ ਕਾਮਯਾਬ ਨਹੀਂ ਹੋਣ। ਖੁਫੀਆ ਏਜੰਸੀਆਂ ਸੈਨਾ ਦੇ ਅਫਸਰਾਂ ਦੀ ਉੱਚ ਸਤਰੀ ਬੈਠਕ ਚ ਗਣਤੰਤਰ ਦਿਵਸ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਦੇ ਹੋਏ BSF CRPF ਤੇ ਸਿਵਲ ਪ੍ਰਸ਼ਾਸਨ ਤੇ ਉਨ੍ਹਾਂ ਨਿਗਰਾਨੀ ਅਫਸਰਾਂ ਗੀ ਆਖਿਆ ਜੇ ਉਹ ਆਪਣੇ ਇਲਾਕੇ ਚ ਸਤਰ ਕਰਾਉਣ। ਜੈਨ ਹੋਰੇ ਇਹ ਵੀ ਆਖਿਆ ਜੇ ਸਭ ਨੇ ਖੁਫੀਆ ਏਜੰਸੀਆਂ ਤੇ ਸੁਰੱਖਿਆ ਸੰਗਠਨ ਚ ਉਚਿਤ ਤਾਲਮੇਲ ਬਣਾਈਏ ਰੱਖਿਆ ਜਾਣਾ ਲੋੜਚਦਾ ਤਾਂ ਜੇ ਜਸ਼ਨ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਇਆ ਜਾ ਸਕੇ। ਸਚਿਵ ਸਹਿਕਾਰੀ ਵਿਭਾਗ ਬਬੀਲਾ ਰਕਵਾਲ ਹੋਰੇ ਕੱਲ ਸਚਿਵ ਸਿਵਾਲਿਆ ਜੰਮੂ ਚ ਜੰਮੂ ਕਸ਼ਮੀਰ ਦੇ ਪੂਰੇ ਕੇਂਦਰੀ ਖੇਤਰ ਚ ਸੰਚਾਲਨ ਜੰਮੂ ਕਸ਼ਮੀਰ ਰਾਜੀ ਸਹਿਕਾਰੀ ਕ੍ਰਿਸ਼ੀ ਤੇ ਗ੍ਰਾਮੀਣ ਵਿਕਾਸ ਬੈਂਕ ਲਿਮਿਟਡ ਸ਼ਾਖਾਏ ਦੇ ਕੰਮਕਾਜ ਦੀ ਸਮੀਖਿਆ ਕੀਤੀ। ਜੰਮੂ ਕਸ਼ਮੀਰ SCARD ਬੈਂਕ ਲਿਮਿਟਡ ਦੇ ਪ੍ਰਸ਼ਾਸਨ ਰਾਕੇਸ਼ ਦੁਬੇ ਹੋਰੇ ਬੈਂਕ ਦੇ ਕੰਮਕਾਜ ਬਾਰੇ ਇਕ ਬਰੀਫ ਨੋਟ ਪੇਸ਼ ਕੀਤਾ। ਪ੍ਰਬੰਧਨ ਨਿਰਦੇਸ਼ਕ CEO ਹੋਰੇ ਬੈਂਕ ਦੇ ਮੁੱਖ ਮਾਲੀ ਪੈਰਾਮੀਟਰ ਬਾਰੇ ਮੁਲਿਆਂਕਣ ਕੀਤਾ। ਸਚਿਵ ਅਕਵਾਲ ਹੋਰੇ ਸਰਬੰਧਤ ਅਫਸਰਾਂ ਅਧਿਕਾਰੀਆਂ ਗੀ ਆਖਿਆ ਜੇ ਉਹ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਨਿਰਧਾਰਿਤ ਲਕਸ਼ਾਂ ਗੀ ਹਾਸਲ ਕਰਨੇ ਲਈ ਖਾਸ ਤੌਰਾਂ ਉਪਰ NPA ਦੀ ਸਮੇਂ ਸੀਮਾ ਕੰਨੇ ਬਰਾਮਦੀ ਸਬੰਧੀ ਆਪਣੇ ਜਤਨੇ ਗੀ ਹੋਰ ਤੇਜ਼ ਕਰਨ। ਸਚਿਵ ਹੋਰੇ ਬੈਠਕ ਦੇ ਖਰਾਬ ਪ੍ਰਦਰਸ਼ਨ ਕਰਨੇ ਵਾਲੇ ਅਫਸਰਾਂ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੇ ਦੀ ਲੋੜ ਉਪਰ ਵੀ ਜ਼ੋਰ ਦਿੱਤਾ। ਇਸ ਬੈਂਕ ਚ ਜਮਾਂ ਤੇ ਕਰਜ਼ਾ ਤੇ ਅਡਵਾਂਸ CD ਅਨੁਪਾਤ CPA ਦੇ ਖਿਲਾਫ਼ ਵਸੂਲੀ ਕਰਜ਼ੇ ਦੇ ਭੁਗਤਾਨ ਤੇ ਹੋਰਨੇ ਸਬੰਧਤ ਮਾਮਲੇ ਸਮੇਤ ਵੱਖ ਵੱਖ ਮਤੇ ਜ਼ਰੂਰੀ ਪਹਿਲੂਆਂ ਉਪਰ ਵੀ ਚਰਚਾ ਕੀਤੀ ਗਈ। ਇਹਦੇ ਕੰਨੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਇਆ।